روزگار پولیس زیر تعلیم بچن کامیابی محمد شاہ صاحب کو کامیاب فرما میرے باب زندگی دراز فرما سکھ صحت ہوئے صدقہ امام حسین جی جی بابا ہر مومن جی یہ خواہش ہماری پوری فرمائے صدقہ امام حسین دا ہر دل دی نیک تمنا پوری وارث پاک دی زیارت نصیب ہوئے صلی علی محمد وال محمد خالق سونا سلامت رکھے ابتدائی مجلس سونے رنگ وچ شاہ صاحب پیڑا بادشاہاں دا ذکر سنائے میرے بعد پوری دھرتی دا بادشاہ دا بہت بڑا عزت والا ذاکر حاجی ناصر عباس سے تشریف رکھدن مہربانی انہوں دی کیونکہ انہوں دے ہمسائیں کو روائیں کہ میں پڑھنا ہے تے انتہائی مختصر یہ ٹائم وچ حاضری لیکن صلوات اتنا اونچی پڑھو جتنا ذہن بنے پاک حسین جی ذات دے اللہم بسم اللہ خاموش رہی تقدیر کیا بات ہے بھائی بہت بڑی روحانیت ہے بھائی سے جی مرشد نوکراں بسم اللہ عباس دی ساری زندگی وچ خاموش رہی تقدیر رہے در محفوظ معصوماں دے محفوظ رہی تطہیر جد بہاں کٹوا کے زینت لتھا بی بی دا لام نویر عمران دی پوتری پائیاں ہتھ وچ رسیاں گئے ریت دے بدال ضمیر مہدیر جی وہ جی بسم اللہ نوکر نوکر جناب ہاں کٹوا کے زین تلتھا ہے قبول ہوئی مرشد بلاؤں میں گھارے بانی دی حیثیت چاہیں جنگل دی چھپے گزر دے ہن میرے بادشاہ علی عباس دی ساری زندگی وچ بندے امیر ہون نہ جڑے پرواہ نہیں کریں دے خاموش رہی تقدیر رہے در محفوظ معصوماں دے محفوظ رہی تطہیر جداں بہاں کٹوا کے زین تلتھا بی بی دا لام نویر عمران دی پوتری پائیاں ہتھ وچ کڑیاں گئے ریت دے بدال ضمیر بلا ہوئے زندگی ہوئے جی بسم اللہ میں کوئی ایک جملہ آکھاں دے نیاز مولا نیاز مولا میں شام تہی ہو بند پڑھدا رہا تگیا ہتھ ملیں دے باز جنگل چوں پہ گزر دے ہم پرد سلامت ہونی میری ماں جنگل دا ایک شیر میرے بادشاہ علی دے سامنے آیا آخ دے مولا میرے تے مشکل ہے
ਤੇ ਤੁਸਾਂ ਮੁਸ਼ਕਿਲ ਕੁਸ਼ਾਓ। ਦੁਆ ਫਰਮਾਓ ਮੇਰੀ ਮੁਸ਼ਕਿਲ ਹੱਲ ਥੀਵੇ। ਮੇਰਾ ਬਾਦਸ਼ਾਹ ਤਾਂ ਜਾਣਦਾ ਹਾ, ਨਾਲ ਵਾਲੇ ਘੱਟ ਜਾਣਦੇ ਹਨ। ਸਹੀ ਫਰਮਾਇਆ ਮੁਸ਼ਕਿਲ ਬਿਆਨ ਕਰ। ਸ਼ੇਰ ਬੋਲਾ ਸੋਹਣਾ ਮੇਰਾ ਇੱਕ ਬੱਚਾ, ਯਤੀਮੇ ਮਾਂ ਮਰ ਗਈ ਐ, ਧਰਤੀ ਤੋਂ ਸਰ ਚੈਂਦਾ ਨਹੀਂ, ਖਾਂਦਾ ਪੀਂਦਾ ਕੁਝ ਨਹੀਂ, ਮੈਂ ਇਹਨਾਂ ਸ਼ਿਕਾਰ ਤੇ ਜੰਗਲ ਦੇ ਹੈਵਾਨ ਮੇਰੇ ਬੱਚੇ ਤੋਂ ਤੰਗ ਕਰਦੇ ਨੇ, ਮੈਂ ਕਹਿ ਕਨੋ ਬਦਲਾ ਨਹੀਂ ਖਿੰਦਾ ਜੋ ਮੈਂ ਹੁਸੈਨ ਦਾ ਨੌਕਰ। ਕਿਆ ਬਾਤ ਹੈ ਕਦਰਦਾਨ ਲੋਗੋ, ਸਲਾਮ ਹੈ ਤੁਹਾਡੇ ਜ਼ਹਿਨਾਂ ਕੋ ਜੀ ਬਾਬਾ ਜੀ। ਜਿਹੜੇ ਜ਼ਿਕਰ ਦੀ ਜ਼ੀਨਤ ਬਣਦੇ ਉਹ ਹਰ ਬੰਦੇ ਦਾ ਕੰਮ ਨਹੀਂ ਸ਼ਾਸ ਹੈ। ਮੈਂ ਹੁਸੈਨ ਦਾ ਨੌਕਰ ਹਾਂ, ਮੈਂ ਕਹੀਂ ਕੋ ਕੁਝ ਨਹੀਂ ਆਗਾ। ਮੌਲਾ ਦੁਆ ਮੰਗੋ, ਯਾ ਬੱਚਾ ਠੀਕ ਥੀਵੇ ਯਾ ਦੁਨੀਆ ਤੋਂ ਤੁਰ ਵਜੇ। ਮੇਰੇ ਬਾਦਸ਼ਾਹ ਦੇ ਅੱਖਾਂ ਵਸ ਪਈਆਂ, ਪਰ ਮੈਨੂੰ ਬੱਚਾ ਮੈਂ ਪੁਚਾ ਦੇ। ਮੌਲਾ ਤਬੂ ਬਿਮਾਰ ਹੈ, ਸਹੀ ਫਰਮਾਇ ਮੇਰੇ ਕੋਲ ਦਾ ਇਲਾਜ ਹੈ। ਹੈਵਾਨ ਬੋਲਿਆ, ਸਹੀ ਇਲਾਜ ਕਰੋ ਚਾਹਤੇ ਚਾਹੀ ਵਜੋ। ਦੇਖ ਸਾ ਕਿਹੜਾ ਬੰਦਾ ਹੈ ਜਿਹਦਾ ਜ਼ਹਿਨ ਬਜਰੇ ਸੱਚ ਹਾਜ਼ਰ ਹੈ। ਮੇਰੇ ਅਲੀ ਫਰਮਾਨੇ ਨੁਸਖਾ ਮਦੀਨੇ ਰਹਿ ਗਏ, ਇਹਦੇ ਇਲਾਜ ਦਾ ਨਾਮ ਹੁਸੈਨ ਹੈ। ਮੇਰੇ ਮੌਲਾ ਗਿਨੇ ਮਦੀਨੇ ਚ ਬਾਦਸ਼ਾਹ ਹੁਸੈਨ ਕੋਈ ਤਲਾ ਮਿਲੀ, ਬਾਬੇ ਤੋਹਫਾ ਦਿੱਤਾ ਮੇਰੇ ਹੁਸੈਨ ਮੌਲਾ ਦੀ ਡਿੱਠਾ। ਵਾਕਈ ਸ਼ੇਰ ਦਾ ਬੱਚਾ ਬਾਬਾ ਸੀ, ਇਹ ਪਸਲੀਆਂ ਚ ਸਾ ਖਤਮ ਹਾ, ਗਰਦਨ ਤੇ ਕਰੀਬ ਮਰਗ ਹਾ, ਸਰ ਮੂੰਹ ਜਾਂਦਾ ਨਹੀਂ, ਅੱਖ ਖੁਲੇਂਦਾ ਨਹੀਂ। ਮੇਰੇ ਹੁਸੈਨ ਦੀ ਲਾਈ ਬਾਲੀ ਦੇਖਣੀ ਹੈ, ਕਰ ਛੋੜੀ ਦਿਲ ਮੰਨੀ ਤਾਂ ਸ਼ੇਰ ਦੇ ਬੱਚੇ ਦਾ ਸਰ ਚਾਹ ਕੇ ਝੋਲੀਏ ਚ ਰੱਖਿਆ, ਸਿਰ ਤੇ ਹੱਥ ਫੇਰ ਕਹਿ ਦੇਣ ਹੁਣੇ ਨਾਲ ਖਾਵਣ ਪੀਵਣ ਬਸ ਕਰ ਲਈ। ਕਿਆ ਬਾਤ ਹੈ ਭਾਈ, ਜ਼ਿੰਦਗੀ ਹੋਏ ਭਲਾ ਹੋਏ, ਵੈਂਡ ਕਰਨ ਵਾਲੇ ਹੋ, ਹੁਣੇ ਨਾਲ ਖਾਵਣ ਪੀਵਣ ਬਸ ਕਰ ਲਈ। ਹਰੀ ਪ੍ਰਭੂ ਦੇ ਬੱਚੇ ਸ਼ੇਰ ਦੇ ਬੱਚੇ ਅੱਖ ਮੇਰੇ ਹੁਸੈਨ ਇੱਕ ਖੁਰਾਕ ਸ਼ੁਰੂ ਕੀ, ਹੁਣ ਫੈਸਲਾ ਕਰੋ ਜਿਤਨਾ ਵੱਡਾ ਮਰੀਜ਼ ਹੋਵੇ ਉਹਦੀ ਖੁਰਾਕ ਤੇ ਇਲਾਜ ਮੇਰਾ ਹੁਸੈਨ ਸ਼ੁਰੂ ਕਰੇ। ਮੇਰਾ ਖਿਆਲ ਹੈ ਕਾਇਨਾਤ ਦੇ ਹਰ ਮਰਜ਼ ਦਾ ਇਲਾਜ ਮੇਰੇ ਹੁਸੈਨ ਦੇ ਕੋਲ ਹੈ। ਇਹ ਰੂਹ ਬਸ ਸਿਹਤ ਠੀਕ ਹੈ ਬਾਬਾ ਜੀ, ਸੋਹਣੀ ਸਿਹਤ ਬਣ ਗਈ। ਮੇਰੇ ਹੁਸੈਨ ਪਾਕ ਜੀ ਦਾ ਨਾਮ ਰੱਖ ਦਿੱਤਾ ਅਬੁਲ ਹਾਰਿਸ। ਮਦੀਨੇ ਦੀਆਂ ਗਲੀਆਂ ਚ ਮੇਰੇ ਪਾਕ ਹੁਸੈਨ ਦੇ ਪਿੱਛੋਂ ਹੀਵੇਂ ਟੁਰਦਾ ਹਾ ਜਿਵੇਂ ਸ਼ਰੀਫ ਨੌਕਰ ਟੁਰੇ। ਜਿਤਨਾ ਦੇਰ ਨਾਨੇ ਦੇ ਦਰਬਾਰ ਚ ਮੇਰਾ ਬਾਦਸ਼ਾਹ ਬਾਵੇ ਹਾ, ਇਹ ਦਰਵਾਜ਼ੇ ਤੇ ਇੰਤਜ਼ਾਰ ਕਰਦਾ ਹਾ। ਦਿੱਲੀ ਚ ਇਸਮਤ ਦੇ ਅੰਦਰ ਹੁਸੈਨ ਬੰਜੇ ਹਾ, ਇਹ ਤਤਹੀਰ ਵਾਲੀ ਹਵੇਲੀ ਦੇ ਬਾਹਰ ਬਹਿ ਕੇ ਮੁਰਸ਼ਿਦ ਦਾ ਇੰਤਜ਼ਾਰ ਕਰਦਾ ਹਾ। ਮਦੀਨੇ ਚ ਦਰਖਾਸਤ ਆਈਆਂ, ਯਾ ਅਲੀ ਪੁੱਤਰ ਕੋ ਆਖੋ ਸ਼ੇਰ ਜੰਗਲ ਚ ਭੇਜ ਦੇਵੇ, ਸਾਡੇ ਬੱਚੇ ਡਰਦੇ। ਮੁਰਸ਼ਿਦ ਦੀ ਜੁਮਲੇ ਦੀ ਕਲਰ ਮਰਦਾ, ਤੁਕੇ ਸਰਾਇ ਕੀ ਵੇਟ ਦੀ ਬਹੁਤ ਬੜੀ ਮਜਲਿਸ ਹੈ, ਔਰ ਪੂਰੇ ਜਨੂਬੀ ਪੰਜਾਬ ਦੇ ਚੋਣਵੇਂ ਅਜ਼ਾਦਾਰ ਬੈਠੇ ਹੋ, ਜਿਹਨਾਂ ਦਰਖਾਸਤ ਆਈਆਂ ਨਾ ਹੁਸੈਨ ਕੋ ਸ਼ੇਰ ਜੰਗਲ ਦੇ ਭੇਜੇ, ਸਾਡੇ ਬੱਚੇ ਡਰਦੇ। ਮੇਰੇ ਅਲੀ ਫਰਮਾਇਆ ਮੇਰੇ ਹੁਸੈਨ ਦਾ ਸ਼ੇਰ ਕਹੀਂ ਕੋ ਆਧਰ ਤਾਂ ਕੁਝ ਨਹੀਂ। ਹਰ ਬੰਦੇ ਦਾ ਜ਼ਹਿਨ ਨਹੀਂ ਆਉਂਦਾ ਨਾ ਦੇਖ ਲੈ, ਪਰੇਸ਼ਾਨੀਆਂ ਮੌਲਾ ਦੂਰ ਫਰਮਾਈ। ਮੇਰੇ ਹੁਸੈਨ ਦਾ ਸ਼ੇਰ ਕਹੇ ਕੋ ਆਧਾ ਤਾਂ ਕੁਛ ਨਹੀਂ। ਉਹਨਾਂ ਆਖਿਆ ਮੌਲਾ ਇਹ ਬੱਚੇ ਜੋ ਥੇ ਉਹ ਸ਼ੇਰ ਜੋ ਹੈ। ਮੇਰੇ ਬਾਦਸ਼ਾਹ ਹੁਕਮ ਦਿੱਤਾ ਪਾਕ ਹੁਸੈਨ ਸ਼ੇਰ ਤੂੰ ਨਾਲ ਲਾ ਕੇ ਸ਼ਜਰਤੁਲ ਵਿਦਾ ਤੱਕ। ਮੇਰੇ ਬਾਦ ਜ਼ਿੰਮੇਦਾਰ ਬੰਦਾ ਬੈਠੇ ਸਾਹਮਣੇ ਉਹ ਲੋਕੋ ਜਿਹਨੇ ਹੱਥ ਨਾਲ ਬੜੇ ਬੜੇ ਸੁਲਤਾਨ ਬਣਾਏ। ਇਹ ਖਾਨਦਾਨ ਸ਼ਾਜੀ ਜ਼ਿੱਦ ਨਹੀਂ ਬਈ, ਇੱਕ ਆਖੇ ਤੇ ਵੀ ਆਖੇ ਈ ਕਿਉਂ ਨਾ ਨਾ ਨਾ, ਇਹ ਤਾਂ ਹੀ ਨਹੀਂ ਘਰ ਦੀ। ਸ਼ਜਰਤੁਲ ਵਿਦਾ ਤੱਕ ਆਣ ਕੇ ਸ਼ੇਰ ਦੀ ਕੰਠ ਤੇ ਹੱਥ ਫੇਰ ਕੇ ਫਰਮਾਨ ਅਬੂ ਹਾਰਿਸ ਮੇਰਾ ਦਿਲ ਹਦੇ ਮਦੀਨਾ ਛੋੜ। ਇਹ ਜੁਮਲੇ ਦੀ ਕਦਰ ਮੰਗਦਾ ਜਿਹੜੇ ਥੱਕੇ ਨਹੀਂ ਵੇ। ਸ਼ੇਰ ਬੋਲੇ ਮੌਲਾ ਮੇਰਾ ਤਾਂ ਇਰਾਦਾ ਹਾ ਜੋ ਰਲੇ ਮਦੀਨਾ ਛੋੜੇ ਸੋ। ਮੌਲਾ ਫਰਮਾਨ ਨਹੀਂ ਅਬੂ ਹਾਰਿਸ, ਮੈਂ ਕੋ ਹਾਲੀ ਟਿਕਾਣੇ ਨਹੀਂ, ਤੇ ਕੋ ਨਹੀਂ ਰਹਣ ਲੈਂਦੇ,
तू टुर वंज रहना मैं ही कोई नहीं, मैं चाहना मैं जो जंगल चावा कोई तो होवे जरा मेरी इंतजार करे। शेर आखदे मौला जंगल इंतखाब करो तुहाडी इंतजार इच सोनी गुजार गिन। मेरे मौला फरमाते ने वादिए नए नवाब इराक दा जंगल शेर धरती ते टक्कर मारी आदे मौला तुसां ते करबला हुसैन खुरदने कल्ला नाल साहब लिया नाल हुसैन लिया बहनी नाल हुसैन शर्म ना करी जिंदगी दा नहीं पता। अच्छा मौला मेरे वास्ते कोई आखरी फरमान सही फरमाने ना बोल हारिस याद दिवाई दुखे वेले कोई मेरा बिचड़ा सड़े तो आसे अदे मौला हो सकते मैं ना आवा कोई वेला जो मेरे मौला को याद है सैयद माफ करें पर मैंने ना बोल हारिस दुखे वेले मेरी धी सड़ी जिंदगी अभी भटी से बात मेरी निकली धी सड़ी तो आई आसे अदे मौला अल्लाह मौत चले वे जैसे ये औलाद दे सड़ते मैं लबैक ना आखा ये टुर गया वक्त ओ वक्त ना रिहा करबला दे जंगल च नीरा बसेरा हा वसदा है उजड़ गया बागे बतूल ते लोटी बह गई त्रै दफा शेर मुक्ता च आए सैयद माफ चक रहे बाबा सी पहली दफा ओ जेवे ले आए ओ मेरी इज्जत आलिया मामा जेरा करबला दे जंगल च अपने दौर दी निक्की बतूल को तमाचा लगे घर च जेड़ा गाली थी ना बच्चे शादी याद कर गिनने बीबी सुनियो दी ही ना बाबे करो जिन्हां दे आसरे ते टुरी हई उन्हां दी लाशां दिसदियां हन बाबा मरीदा पिया हस उच्चे टिबे ते चढ़ के धी हुसैन दे सड़ मारे अबुल हारिस मिटियां पटे दा शेर है ते डिठस बिखरे होए लाशे याद है इस वसीयत जो मेरी थी सड़ी ता इन धरती ते सर झुका के दे मैं भूल गई हुसैन दे धी है दिया दिया बोल हारे सा हुआ हुसैन दी गरीब दी मैया शेरा दे बीबी लाशा कह नहीं आए बीबी आ दिए कोई मेरा भिरा है कोई मेरा चाचा है धरती ते टकरा मार के दे पीर दी बचड़ी हो जे वेले सडे जेड़ा सारे कुछ रहे ए मरीदा कौन पे बीबी आ दिए मेरा बाबा शेरा दे बीबी में कोई इजाजत नहीं तेरे पिओ दे कातिर में हुणे मारां हर बंदे वास्ते जुमला नहीं खंजर दे चलो आवाज या अबुल हारिस मैं ते जिन्ना नाल नी लड़ाई नाने दी उम्र शेरा नाल किस लड़े ना वल वन ए टुर गया धी हुसैन दी यतीम थी गई दूजी दफा ओछे वेले आए जना लाशां पईयां हन घोड़े भज गए हन अस्सी बेड़ी पत्थरा दे वस गई है मुए हुए हुसैन को वल वल मार के जालिम थक पे हन ए नौ मुरब्बा मील च भज दे ओदे पुछ दे ओदे के थल थे अकबर दा जख्मी बाबा पत्थरा दे ढेर दे चलो आवाज है अबुल हारिस गरीब दे इथ दे रे ये हाथ नाल पत्थर हटाए जख्मी पैर जाहिर ओलो पैर चुमदा हा धरती ते टकरा मरे ना जरा त्रीजी दफा चुमन लगा मेरे हुसैन पैर कट्ठे कर ले अब हाल साल है मन नौकर ते रस पे हो हर ने ना बोला रे पैर चुमन दी उजरा पे दिना दिना इस कबर मेरे हुसैन दी हाज लामे ना देखी मैंने पैर चुमन दी मजदूरी दे मौला हुक्म फरमाओ हर ने ना बोला रे मेरी भेड़ को घेर के निशान वाले पास भजदा बन रिठिया कहे चादर नीती है या नंगे सर्व दे रोल दी वैर कबूल होनी बाबा कूका कबूल होनी अबुल हारिस मिठिया पटेंदा दौड़े काफले नाल ओ झेले रले जरा अली दी धी दे महमल कूफा दे सदर बाजार दाखिल पे थी ने
میں مقائی کھڑا آخری جملے ایک وین ذکر دی قسم ہے اندی دید ہے پہلے محمد شاہ جی لوگ راہ چھوڑے دے گئے پیچھا اگر ہٹ لے گئے شیر آگے یہ کہیں کو آکھا پوچھنا پہلے محمد لے قریب آیا حالت نیچی علی دی دیدی دھرتی دی ماری چکر اپنی بولیے چاہتے بھیرا دے رلے کس گئی ہوں میں ہاں ہے تو کر چاہ یار ارمان علی شکل تا بنا چاہ کم از کم یہ حالت اچھ بازار نہیں ہوئے ابھی بھی میں تیرے بھیرا بھیجے میں یوری بھیڑ دا پتا کر رہا نیلی ہون میں کوئی اجازت لے تیرے سارے دشمن میں مارا میں تیرے بھیرا دا شیر دیلی میں کوئی اجازت لے میں تھائیں لڑا میں تیرے بھیرا دا شیر جنہا چوتھی دفعہ کسنا بی بی میں کوئی اجازت لے میں سارے دشمن میں مقاما میں تیرے بھیرا دا شیر اٹھ دی کانٹ تے ٹکر ماری علی دی دھی شاہ صاحب اچھا وین کر کے دی ابو الحارس ونج میرے کٹھے ہوئے بھیرا کو آکھی کہہ دے بھیڑ پہ یادی تائیں میرا شیر لڑایا ہاں جو میں تیرا شیر لڑاوا میرا کربلا اچ ہاتھ ملیندہ ٹر گئے تاری زندگی ہوئے بھائی آج دے دور اچ بندہ ذاکر ہی انہاں لوگاں واسطے بھٹی صاحب جنہاں کوئی گھر دے دکھ سکھ یاد ہے بابا سی 120 مزدور دے ادھے عباس دے معصوما اپنے دور دی نکی بطول علی دی شکل والے اک مشک کھئی ودھے دی ہے عباس دے ہاتھ وچ سین دے قدماں تے بکی آئی چوین پیان دے چولے سیمن دا حق مل گئے 120 مزدور پتھرا نال ماتم کھڑی کریں دیئے تے نوہے دا ہکو فکرا ہر بھی دیا دیئے واہ حجابا ٹبے تو لتھا میرا بادشاہ بیویاں راہ دیتا دکھاں دی بھائی وال دے سامنے آن کھڑا پچھے دن بھیرا ڈور چھوڑے حسرے نال نیاز حسین ڈور چھوڑے بھیرا نہیں حسین تھوڑی دھی پیٹ رہی ہے جو کیا زخمی لاٹھا دھی کو چا کے ہاں نہ لایا سر چون کے فرمین سوچ کے ٹوڑ آئے بھائی بادے متا اپنا ہی نہ بچی بھائی ڈائی برا بہوے چار منٹ یا تر منٹ علی بابا آخر میں بھیڑا اکھیں دے سامنے بھیا مرد کیویں دیکھ حسین پوچھے چوکھے عرصے دا بھیا آئی علی بابا اج چھ مہینیاں دا تھے سیدا دے یا گل تا بڑھڑے پیو واسطے ہی سوچیا بابا کہری رو رو کے غریب آدھے میرا 32 سال دا ویرن ہے تیرا ویر فقط چین مہدا اللہ بھلا کرے زندگی نیاز بطول نیاز حسین ایک جملہ بھی آباندہ کھانے دے بدلے حسین لوین مکانائی او میرے وطن والے غیرت والے شیاں علی دی جرات علی دی عباس دا ہاتھ نہ پے رو رو کے بیوی کھڑیا دیے بھیڑی نا مار وہ سلامت رہویں یا منت مشیر تے لائی ویا منت کیڑی بیوی آدیے کل مل سن زیور ہے وہ کہہ دیا والے کی میں پامنے ہیں نا سمجھ آئی وائی والی میں تیری او بیڑا جری مسلح تائیں کل ہی نہیں ٹور سکتی آج وقت جو آگئے تے میرے مان پہ مکدل میں کوڑا سی وانی کی میں ٹورنے سوڑیاں ہے وہ گلیاں ویچ ہوئے ٹوڑ کے وی ریڈی کھائی وانی کی میں بولنے نال
सयालम।